ਆਓ ਬਹੁਤ ਹੀ ਸੁਹਾਵਣਾ ਸਮਾਂ ਬਣਨ ਦੇ ਵਾਸਤੇ ਜਾ ਰਹੇ ਹਾਂ। ਬੜਭਾਗੀਆਂ ਘੜੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ ਅਤੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਮਹਾਂਪੁਰਸ਼ ਜਿਹੜੇ ਸਤਿਕਾਰਯੋਗ ਭੈਣ ਜੀ ਹੋਰਾਂ ਦਾ ਸਨਮਾਨ ਕਰ ਰਹੇ ਨੇ। ਸ਼੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਮਹਾਂਪੁਰਸ਼, ਆਓ ਇੱਕ ਵਾਰ ਸਾਰੀ ਸੰਗ ਸਤਿਕਾਰ ਕਰੀਏ ਜੀ। ਬੁੱਲੇ ਸੋ ਨਿਹਾਲ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬ ਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ। ਸਾਰੇ ਪੜੋ, ਸਾਰੇ ਬੋਲੋ ਨਾਲ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ। ਅੰਮ੍ਰਿਤ ਨਾਮ ਨਿਦਾਨ ਹੈ ਜਿਸ ਸਿਮਰਤ ਸੁਖ ਪਾਇਆ ਸਭ ਦਿਖਾਬ ਜਾਈ। ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀ ਨਾਮ ਨਿਦਾਨ ਹੈ ਮਿਲ ਪੀਵੋ ਪਾਈ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਪਾਈ। ਸਗਲ ਮਨੋਰਥ ਪੁੰਨਿਆ ਅੰਮ੍ਰਿਤ ਫਲ ਪਾਈ। ਤੁਧ ਕੇ ਵੱਡ ਤੂੰ ਪਾਰ ਬ੍ਰਹਮ ਨਾਨਕ ਸਰਨਾਈ। ਅੰਮ੍ਰਿਤ ਨਾਮ
ਨਾਮ ਨਿਧਾਨ ਹੈ ਗੁਰ ਤੇ ਪਾਇਆ ਅੰਮ੍ਰਿਤ 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 ਗੁਰ ਤੇ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਵਾਹਿਗੁਰੂ 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 ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜੇ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨ ਕਾਈ ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਪਰ ਅਪਾਰ ਸਤਿਗੁਰਾਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਸੰਤ ਸਰ ਸਾਹਿਬ ਚੰਡੀਗੜ੍ਹ ਗੁਰੂ ਘਰ ਗੁਰੂ ਪੰਥ ਦੇ ਮਹਾਨ ਅਣਥੱਕ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਖਾਂ ਦੇ ਉਦਮ ਨੂੰ ਸਤਿਗੁਰੂ ਨੇ ਭਾਗ ਲਗਾਏ ਨੇ ਮਹਾਨ ਗੁਰੂ ਪੰਥ ਖਾਲਸੇ ਦਾ ਪ੍ਰਗਟ ਦਿਨ ਬੜੀ ਚੜ੍ਹਦੀ ਕਲਾ ਵਿੱਚ ਮਨਾਉਣ ਵਾਸਤੇ ਕਈ ਦਿਨਾਂ ਤੋਂ ਇਹ ਮਹਾਨ ਸਮਾਗਮ ਗੁਰੂ ਬਖਸ਼ਿਸ਼ ਮੁਤਾਬਕ ਚੱਲ ਰਹੇ ਨੇ ਨਾ ਜਿਨ੍ਹਾਂ ਦੀ ਸੰਪੂਰਨਤਾਈ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੰਪੂਰਨਤਾਈ ਦੇ ਨਾਲ ਉਪਰੰਤ ਦੀਵਾਨਾਂ ਦੇ ਨਾਲ ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸੰਪੂਰਨਤਾਈ ਕੱਲ੍ਹ ਨੂੰ ਹੋ ਰਹੀ ਹੈ ਅਣਗਿਣਤ ਰਾਗੀ ਅਣਗਿਣਤ ਢਾਡੀ ਅਣਗਿਣਤ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਹਾਜ਼ਰੀਆਂ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਖਾਂ ਦੇ ਪਿਆਰ ਭਰੇ ਸੁਨੇਹ ਦੇ ਅੱਗੇ ਸਿਰ ਝੁਕਾ ਕੇ ਖਿਆਲ ਕਰਿਓ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਮਹਾਂਪੁਰਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਥਾਹ ਪਿਆਰ ਕੀਤਾ ਕਰ ਰਹੇ ਆ ਤੇ ਕਰਦੇ ਰਹਿਣਗੇ ਧੰਨ ਗੁਰੂ ਖਾਲਸਾ ਪੰਥ ਦੇ ਨਾਲ ਅਥਾਹ ਪਿਆਰ ਕੀਤਾ ਕਰ ਰਹੇ ਆ ਕਰਦੇ ਰਹਿਣਗੇ ਜੋ ਸਤਿਗੁਰੂ ਦੇ ਨਾਲ ਪਿਆਰ ਕਰਦਾ ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਜਿੱਥੇ ਸੱਚੇ ਪਾਤਸ਼ਾਹ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਖਾਂ ਤੇ ਦਇਆ ਦ੍ਰਿਸ਼ਟੀ ਕਰਦੇ ਆ ਉੱਥੇ ਸੰਗਤ ਨੇ ਮਹਾਂਪੁਰਖਾਂ ਦੇ ਵੱਡੇ ਸਪੁੱਤਰ ਬਾਬਾ ਗੁਰਪ੍ਰੀਤ ਸਿੰਘ ਜੀਆਂ ਨੂੰ ਮਾਣ ਤਾਣ ਦੇਣਾ ਸ਼ੁਰੂ ਕੀਤਾ
ਸਭ ਤੋਂ ਪਹਿਲਾਂ ਇਹ ਸ਼ੁਰੂਆਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀਆਂ ਨੇ ਪ੍ਰਾਰੰਭ ਕੀਤੀ ਹੈ। ਹਰੇਕ ਸਾਧੂ ਸੰਤ ਗੁਰਸਿੱਖ ਮਹਾਂਪੁਰਖ ਬੇਹੱਦ ਪ੍ਰਸੰਨ ਹੈ ਕਿ ਮਹਾਂਪੁਰਖਾਂ ਦੁਆਰਾ ਪ੍ਰਾਰੰਭ ਕੀਤੀ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਸਾਹਿਬ ਦੀ ਸੇਵਾ ਦੇ ਵਿੱਚ ਬਾਬਾ ਗੁਰਪ੍ਰੀਤ ਸਿੰਘ ਜੀ ਸਪੁੱਤਰਾਂ ਵਾਲਾ ਮਾਣ ਸਨਮਾਨ ਤੇ ਲੈ ਹੀ ਰਹੇ ਨੇ, ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਲੈ ਕੇ ਗੁਰਮਤ ਦੇ ਰੰਗ ਵਿੱਚ ਰੰਗੇ ਹੋਏ ਤੇ ਸੰਗਤ ਨੂੰ ਰੰਗ ਰਹੇ ਆ। ਦਾਸ ਤੋਂ ਪਹਿਲਾਂ ਕਿੰਨੀ ਵੱਡੀ ਖੁਸ਼ੀ ਦੀ ਗੱਲ ਆ, ਬਾਬਾ ਗੁਰਪ੍ਰੀਤ ਸਿੰਘ ਜੀ ਦੀ ਜੀਵਨ ਸਾਥਣ ਬੀਬੀ ਜੀ ਤਜਿੰਦਰ ਪ੍ਰਤਾਪ ਕੌਰ, ਉਹਨਾਂ ਨੇ ਨਿਰੋਲ ਰਾਗ ਵਿਦਿਆ ਦੇ ਕਾਨੂੰਨ ਵਿਧਾਨ ਵਿੱਚ ਰਹਿ ਕੇ ਸ਼ਬਦ ਗਾਇਨ ਕੀਤੇ ਨੇ। ਖਿਆਲ ਕਰਿਓ, ਜਿਉਂ ਦੇ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਖ ਤਕਰੀਬਨ 1980-82 ਤੋਂ ਹੀ ਗੁਰਮਤ ਦੇ ਰਸਤੇ ਤੇ ਕਮਰ ਕੱਸੇ ਕਰਕੇ ਗੁਰੂ ਪੰਥ ਦੀ ਸੇਵਾ ਵਿੱਚ ਨੇ। ਇਹਨਾਂ ਦਾ ਹਰੇਕ ਬੋਲ ਇੱਕ ਓਅੰਕਾਰ ਤੋਂ ਲੈ ਕੇ 18-10-20 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਹੁੰਦਾ। ਅੱਜ ਅਸੀਂ ਸਾਰੇ ਸਰਵਣ ਕਰ ਰਹੇ ਸੀ ਬਾਬਾ ਗੁਰਪ੍ਰੀਤ ਸਿੰਘ ਦੇ ਜੀਵਨ ਸਾਥਣ, ਆਪਣੀ ਬੋਲੀ ਵਿੱਚ ਆਪਾਂ ਕਹਿ ਦਿੰਦੇ ਧਰਮ ਪਤਨੀ, ਮਹਾਨ ਕੀਰਤਨ ਦਾ ਆਨੰਦ ਬਖਸ਼ਿਆ। ਇਹ ਕਿੰਨਾ ਦੀ ਸੋਚ ਨੂੰ ਭਾਗ ਲੱਗੇ, ਸੱਚਖੰਡ ਵਾਸੀ ਬੀਬੀ ਕੁਲਬੀਰ ਕੌਰ ਦੀ ਸੋਚ ਨੂੰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਿਆਲ ਕਰਿਓ, ਜਿੰਨਾ ਉੱਤੇ ਕਲਯੁਗ ਦੀ ਸੋਚ ਪ੍ਰਭਾਵ ਰੱਖਦੀ ਨਾ ਕਲਯੁਗ ਦੀ, ਉਹ ਮੇਰੇ ਸਤਿਗੁਰੂ ਜੀ ਦੇ ਪੱਖ ਨੂੰ ਕੋ ਭਾਗ ਮਾੜੇ ਹੋਣ ਤੇ ਕਹਿੰਦੇ ਆ ਕਿ ਇਹਨਾਂ ਦੀ ਤੇ ਸਾਰੀ ਉਮਰ ਲੰਘ ਗਈ ਸੰਗਤ ਵਿੱਚ ਹੀ, ਮੈਂ ਬੱਚੇ ਨਹੀਂ ਇਸ ਪਾਸੇ ਪਾਉਣੇ। ਜਿਨ੍ਹਾਂ ਦੇ ਕਰਮ ਮਾੜੇ ਹੋਣ, ਜਿਨ੍ਹਾਂ ਦੀ ਬਦਕਿਸਮਤੀ ਹੋਵੇ, ਪਰ ਸੱਚਖੰਡ ਵਾਸੀ ਬੀਬੀ ਕੁਲਵੀਰ ਕੌਰ, ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਕਹਿ ਰਿਹਾ, ਮੈਨੂੰ ਉਹਨਾਂ ਨੇ ਸਕੇ ਭਰਾਵਾਂ ਵਰਗਾ ਪਿਆਰ ਬਖਸ਼ਿਆ, ਸਕੇ ਭਰਾਵਾਂ ਵਰਗਾ। ਆਪਣੇ ਤਿੰਨਾਂ ਹੀ ਸਪੁੱਤਰਾਂ ਨੂੰ ਬਿਠਾਲ ਕੇ ਇਹੀ ਕਿਹਾ, ਮੈਂ ਤਾਂ ਪ੍ਰਸੰਨਾ ਜੇ ਤੁਹਾਡੇ ਹਿਰਦੇ ਵਿੱਚੋਂ ਗੁਰੂ ਕੀ ਬਾਣੀ ਦਾ ਉਪਦੇਸ਼ ਸੰਗਤਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤੁਹਾਡਾ ਹਿਰਦਾ ਸਦਾ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ। ਜਦੋਂ ਇਹ ਤਿੰਨੇ ਬੇਟੇ ਮਹਾਂਪੁਰਖਾਂ ਦੇ ਸਤਿਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਦੀਆਂ ਦਾਤਾਂ, ਸਤਿਗੁਰੂ ਦੀਆਂ ਦਿੱਤੀਆਂ ਸੇਵਾ ਕਰਦੇ ਨੇ, ਉਦੋਂ ਕਦੀ ਬੀਬੀ ਕੁਲਬੀਰ ਕੌਰ ਨੇ ਵਿੱਚ ਬੈਠ ਕੇ ਸੁਣਨਾ ਜੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਸੱਚਖੰਡ ਪਿਆਨਾ ਕਰ ਗਏ, ਉਹ ਸੱਚਖੰਡ ਵਿੱਚ ਚੌਂਕੜਾ ਲਗਾ ਕੇ ਵੀ ਆਪਣੇ ਬੇਟਿਆਂ ਦਾ ਜਾਂ ਆਪਣੀ ਧੀ ਤਜਿੰਦਰ ਪ੍ਰਤਾਪ ਕੌਰ ਦਾ ਜਦੋਂ ਕੀਰਤਨ ਸੁਣਦੇ ਆ, ਸਤਿਗੁਰੂ ਜੀ ਨੇ ਤੇ ਅਸੀਸਾਂ ਦੇਣੀਆਂ ਦੇਣੀਆਂ, ਸੱਚਖੰਡ ਵਿੱਚ ਬੈਠੀ ਬੀਬੀ ਕੁਲਬੀਰ ਕੌਰ ਦੀਆਂ ਅਸੀਸਾਂ ਅੱਜ ਵੀ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਸ ਵੱਲੋਂ ਸ਼ਬਦ ਪ੍ਰਾਰੰਭ ਹੋਇਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਆਪਾਂ ਗੁਰੂ ਕੀ ਸੰਗਤ ਵਿੱਚ ਬੈਠੇ ਹਾਂ,
ਰੰਗ ਲਾਗਤ 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 ਹੈ। ਜਦੋਂ ਸੰਗਤ ਵਿੱਚ ਬੈਠ ਕੇ ਕੀਰਤਨ ਦਾ ਮਹਾਨ ਆਨੰਦ ਬਖਸ਼ਿਸ਼ ਹੁੰਦਾ ਤੇ ਜਿਹੜੇ ਸ਼ਰਧਾਵਾਨ ਹੁੰਦੇ ਆ ਉਹ ਕੀ ਕਹਿੰਦੇ ਹੁੰਦੇ ਆ, ਅਸੀਂ ਤੇ ਚਾਹੁੰਦੇ ਸਾਂ ਅੱਜ ਦੀ ਰਾਤ ਜੁੱਗਾਂ ਚਾਰ ਜੁੱਗਾਂ ਵਰਗੀ ਵੱਡੀ ਹੋ ਜਾਂਦੀ। ਕਾਰਨ ਹੈ ਸਿਮਰਨ ਕੀਰਤਨ ਬਾਣੀ ਵਿੱਚੋਂ ਅੰਮ੍ਰਿਤ ਵਰਸਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮਨ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਗਿਆ ਫਿਰ ਸੋਚ ਆਈ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਬਾਣੀ ਦਾ ਤੇ ਬਹੁਤ ਆਨੰਦ ਆਇਆ ਹੈ ਪਰ ਅਜੇ ਤੱਕ ਮੈਂ ਨਿਗੁਰਾਂ, ਮੈਂ ਅਜੇ ਪੰਜ ਕਕਾਰੀ ਸਿੱਖ ਨਹੀਂ। ਮੇਰਾ ਗੁਰਸਿੱਖਾਂ ਦੇ ਘਰ ਦਾ ਜਨਮ ਹੈ, ਮੈਂ ਪੰਜ ਕਕਾਰੀ ਸਿੱਖ ਨਹੀਂ। ਜੇ ਮੈਨੂੰ ਬਾਣੀ ਦਾ ਆਨੰਦ ਅੱਜ ਘੜੀ ਪਲ ਵਾਸਤੇ ਆਇਆ, ਇਹ ਆਨੰਦ ਸਦਾ ਬਣਿਆ ਰਹੇ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਦੋਂ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਗੁਰੇ ਕਾਹੇ ਨਾਉ ਬੁਰਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਗੁਰੇ ਕਾਹੇ ਨਾਉ ਬੁਰਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਗੁਰੇ ਕਾਹੇ ਨਾਉ ਬੁਰਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਗੁਰੇ ਕਾਹੇ ਨਾਉ ਬੁਰਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਧੰਨ ਗੁਰੂ ਨਾਨਕ ਨਿਰੰਕਾਰ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਕਲਯੁਗ ਦੇ ਵਿੱਚ ਕੋਈ ਸਮਰੱਥ ਗੁਰੂ ਨਹੀਂ ਜੋ ਭਵ ਜਲ ਨੂੰ ਪਾਰ ਕਰਵਾ ਦੇਵੇ। ਸ਼ਰਧਾਵਾਨ ਸਾਡੇ ਵੱਡ ਵਡੇਰੇ ਕੀ ਪੜ੍ਹਦੇ ਆ, ਅੱਜ ਵੀ ਪੜ੍ਹਦੇ ਆ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗ ਮਗ ਜੋਤ ਬਿਰਾਜ ਰਹੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਪਰ ਅਪਾਰ। ਬੇਸ਼ੱਕ ਸਿੱਧੇ ਲਫ਼ਜ਼ਾਂ ਚ ਛੇਤੀ ਪੜ੍ਹ ਲਿਆ ਜਾਂਦਾ ਅਬਚਲ ਨਗਰ ਅਪਾਰ, ਪਰ ਅਬਚਲ ਨਗਰ ਵਿੱਚ ਗੁਰਤਾ ਗੱਦੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 11 ਪਾਤਸ਼ਾਹੀਆਂ ਸਮਰੱਥਾ ਰੱਖਦੀਆਂ ਨੇ ਸਾਡੇ ਵਰਗੇ ਪਾਪੀਆਂ ਦਾ ਉਧਾਰ ਕਰਨ ਦੀ। ਸਤਿਗੁਰੂ ਤੋਂ ਬਿਨਾਂ ਕਲਯੁਗ ਦੇ ਵਿੱਚ ਹੋਰ ਕੋਈ ਗੁਰੂ ਨਹੀਂ ਆ। ਕਲਯੁਗ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤਾਂ ਸਾਧ ਸੰਗਤ ਜਦੋਂ ਕਦੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਰਪਾਲਤਾ ਕੀਤੀ ਆਪਣੇ ਆਪ ਕਲਗੀਧਰ ਪਾਤਸ਼ਾਹ ਜੀ ਦੀ ਆਵਾਜ਼ ਨੂੰ ਸੁਣ ਕੇ ਆਏ ਧੰਨ ਭਾਈ ਦਇਆ ਸਿੰਘ, ਧੰਨ ਭਾਈ ਧਰਮ ਸਿੰਘ, ਧੰਨ ਭਾਈ ਹਿੰਮਤ ਸਿੰਘ, ਧੰਨ ਭਾਈ ਮੋਹਕਮ ਸਿੰਘ, ਧੰਨ ਭਾਈ ਸਾਹਿਬ ਸਿੰਘ। ਕਲਗੀਧਰ ਪਾਤਸ਼ਾਹ ਜੀ ਪੁੱਛਦੇ ਆ, ਭਾਈ ਤੁਹਾਨੂੰ ਆਪਣੀ ਜਾਨ ਪਿਆਰੀ ਨਹੀਂ? ਮੈਂ ਥਿਊਰੀ ਵਿੱਚ ਘੱਟ ਵਿਸ਼ਵਾਸ ਰੱਖਦਾ, ਪ੍ਰੈਕਟੀਕਲ ਵਿੱਚ ਜ਼ਿਆਦਾ ਰੱਖਦਾ। ਥਿਊਰੀ ਪੜ੍ਹ ਲਿਆ ਪੜ੍ਹਾਤਾ, ਪ੍ਰੈਕਟੀਕਲ ਕਰਕੇ ਵਿਖਾਲਤਾ। ਮੈਂ ਜੋ ਜ਼ਬਾਨ ਤੋਂ ਕਿਹਾ ਮੈਂ ਸੀਸ ਲੈਣੇ, ਬੇਸ਼ੱਕ ਇਕੱਲੇ ਇਕੱਲੇ ਪਿਆਰੇ ਨੇ ਸੀਸ ਦਿੱਤਾ, ਪਰ ਮੈਂ ਸਮੇਂ ਦੀ ਘਾਟ ਕਰਕੇ ਇਕੱਠੀ ਗੱਲ ਕਹਿਤੀ ਹੈ। ਤੇ ਸਾਰੇ ਹੀ ਗੁਰਸਿੱਖਾਂ ਦਾ, ਪੰਜ ਵੀਰਾਂ ਦਾ, ਪੰਜ ਪਿਆਰਿਆਂ ਦਾ ਇੱਕ ਹੀ ਜਵਾਬ ਸੀ, ਸਿਰ ਲਹੂ ਮਿੱਝ ਦੀ ਤੂਬੜੀ, ਹਰ ਹੀਰਿਆਂ ਕੀ ਖਾਣ, ਸਿਰ ਦਿੱਤਿਆਂ ਸਤਿਗੁਰੂ ਮਿਲੇ ਤਾਂ ਵੀ ਸਸਤਾ ਜਾਣ।
ਜੇ ਸੀਸ ਭੇਟਾ ਕਰਕੇ ਸਿੱਖੀ ਦੀ ਦਾਤ ਅੰਮ੍ਰਿਤ ਦੀ ਦਾਤ ਗੁਰੂ ਬਖਸ਼ਿਸ਼ ਮਿਲ ਜਾਵੇ ਹੋਰ ਕੀ ਚਾਹੀਦਾ। ਆਪ ਗਵਾਈਏ ਤਾਂ ਸ਼ਹੁ ਪਾਈਏ। ਸਾਧ ਸੰਗਤ ਖਿਆਲ ਕਰਿਓ, ਸਾਡੇ ਵਰਗੇ ਥਿਊਰੀ ਪੜ੍ਹ ਲਈ ਸਤਿਗੁਰ ਕੀ ਸੇਵਾ ਸਫਲ ਹੈ। ਅਸੀਂ ਪੜ੍ਹਨ ਤੱਕ ਪਰ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਪ੍ਰੈਕਟੀਕਲ ਰਾਤ ਦੇ ਇੱਕ ਇੱਕ ਵਜੇ ਤੱਕ ਕੀਰਤਨ ਹੋਣਾ, ਇੱਕ ਵਜੇ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨਾਲ ਜਿਸ ਗੁਰੂ ਅਸਥਾਨ ਦੇ ਨਾਲ ਕੇਵਲ ਸੰਬੰਧ ਕੀ ਹੈ ਕਿ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਯੋਗ ਗੁਰਦੁਆਰਾ ਨਹੀਂ ਆ, ਕਿਉਂਕਿ ਇਮਾਰਤ ਖਸਤਾ ਹੈ। ਜਾ ਕੇ ਸੰਗਤ ਨੂੰ ਕਿਹਾ ਆਪਾਂ ਰਾਤੋਂ ਰਾਤ ਲੈਂਟਰ ਪਾਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਅਕਾਲ। ਅਸੀਂ ਥਿਊਰੀ ਪੜ੍ਹ ਲਈ, ਸਤਿਗੁਰ ਕੀ ਸੇਵਾ ਸਫਲ ਹੈ। ਨਗਰ ਵਾਲੇ ਜਦੋਂ ਸਵੇਰੇ ਆਣ ਕੇ ਦੇਖਦੇ ਆ, ਹੋ ਇਹ ਰਾਤੋਂ ਰਾਤ ਜਾਲ ਕਿੰਨੇ ਬੰਦਾ, ਰਾਤੋਂ ਰਾਤ ਮਿਸਤਰੀ ਕਿੰਨੇ ਲਿਆਂਦੇ, ਇਹ ਤੇ ਅੱਧਿਓ ਵੱਧ ਲਿੰਟਰ ਪੈ ਚੁੱਕੇ ਆ। ਮੁੜ ਕੇ ਕਹਿੰਦੇ ਉਹ ਚੰਡੀਗੜ੍ਹ ਵਾਲੇ ਮਹਾਂਪੁਰਸ਼ਾਂ ਨੇ ਮਹਿਸੂਸ ਹੋਇਆ ਪਿੰਡ ਸਾਡਾ, ਗੁਰਦੁਆਰਾ ਸਾਡਾ, ਮਹਾਂਪੁਰਖਾਂ ਨੇ ਸੌਂਪ ਕੇ ਫਿਰ ਅਗਲਿਆਂ ਦੀਵਾਨਾਂ ਤੇ ਚਲੇ ਜਾਣਾ। ਕੋਈ ਕੇਵਲ ਤੇ ਕੇਵਲ ਸੰਬੰਧ ਕੀ ਹੈ, ਮੰਨੈ ਧਰਮ ਸੇਤੀ ਸੰਬੰਧ। ਮੇਰੇ ਸਤਿਗੁਰੂ ਖਸਤਾ ਇਮਾਰਤ ਵਿੱਚ ਕਿਉਂ ਰਹਿਣ? ਫਰਕ ਨਹੀਂ ਸਮਝਿਆ ਕਿ ਚੰਡੀਗੜ੍ਹ ਦੀ ਇਮਾਰਤ ਗੁਰੂ ਘਰ ਦੀ ਕੋਈ ਹੋਰ ਆ ਤੇ ਛੋਟੇ ਪਿੰਡ ਦੀ ਕੋਈ ਹੋਰ ਆ? ਨਹੀਂ, ਜੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਚੰਡੀਗੜ੍ਹ ਨੇ ਤੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਹੀ ਪਿੰਡ ਦੀ ਸੰਗਤ ਨੇ ਸਹਿਯੋਗ ਦਿੱਤਾ ਤੇ ਉੱਥੇ ਵੀ ਏਦਾਂ ਹੀ ਆਖੋ ਸਤਨਾਮ। ਉਹਨੂੰ ਕਹਿੰਦੇ ਕਰਕੇ ਵਿਖਾਲ ਦੇਣਾ, ਪ੍ਰੈਕਟੀਕਲ ਕਰਕੇ ਵਿਖਾਲ ਦੇਣਾ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ। ਇੱਕ ਉਹ ਅੰਕਾਰ ਤੋਂ ਲੈ ਕੇ 18, 10, 20 ਮੇਰੇ ਸਤਿਗੁਰੂ ਜੀ ਦੇ ਅੱਖਰ ਅੱਖਰ ਤੇ ਵਿਸ਼ਵਾਸ ਰੱਖਿਆ, ਰੱਖ ਰਹੇ ਆ, ਰੱਖਦੇ ਰਹਿਣਗੇ। ਦਾਸ ਬਹੁਤਾ ਅੱਗੇ ਨਾ ਜਾਵੇ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਮੁਤਾਬਕ ਚਲੋ ਟਾਈਮ ਦੀ ਵੀ ਹਰੇਕ ਤਰ੍ਹਾਂ ਦੀ ਕੋਈ ਪਾਬੰਦੀ ਹੁੰਦੀ ਹੈ। ਦਾਸ ਕੇਵਲ ਤੇ ਕੇਵਲ ਨਮਸਕਾਰ ਕਰਨ ਵਾਸਤੇ ਆਇਆ ਤੇ ਮਹਾਂਪੁਰਖ ਕੀ ਕਹਿੰਦੇ, ਕਹਿਣ ਲੱਗੇ ਨਹੀਂ ਆਪ ਜੀ ਸਟੇਜ ਤੋਂ ਗੁਰੂ ਦੀ ਸੇਵਾ ਕਰੋਗੇ। ਖਿਆਲ ਕਰਿਓ ਸਾਡੀ ਗਰੀਬਾਂ ਦੀ ਹਾਜ਼ਰੀ ਕਿਹੜੀ ਹੈ, ਦੇਖਣਾ ਕੌਣ ਕੌਣ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਨੇ। ਪੰਜ ਪਿਆਰਿਆਂ ਦੇ ਵਿੱਚੋਂ ਧੰਨ 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 ਭਾਈ ਦਇਆ ਸਿੰਘ ਕਦੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੀ ਕਹਿੰਦੇ, ਭਾਈ ਦਇਆ ਸਿੰਘ ਤੇਰਾ ਮੈਂ ਦੇਣ ਨਹੀਂ ਦੇ ਸਕਦਾ, ਬਹੁਤ ਤਕੜਾ ਇਮਤਿਹਾਨ ਸੀ ਤੇਰਾ। 82-83 ਹਜ਼ਾਰ ਦੇ ਇਕੱਠ ਦੇ ਵਿੱਚ ਮੈਂ ਆਵਾਜ਼ ਦਿੱਤੀ, ਸਤ ਪੁਰਖਾ ਤੂੰ ਮੇਰੀ ਦੂਜੀ ਆਵਾਜ਼ ਨਿਕਲਣ ਨਹੀਂ ਦਿੱਤੀ। ਪਹਿਲੋਂ ਆਣ ਕੇ ਕਹਿ ਦਿੱਤਾ ਸਤਿਗੁਰੂ ਜੀ ਆ ਸੀਸ ਪ੍ਰਵਾਨ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਚਾਰ ਪਿਆਰੇ ਧੰਨ ਭਾਈ ਧਰਮ ਸਿੰਘ, ਧੰਨ ਭਾਈ ਹਿੰਮਤ ਸਿੰਘ, ਧੰਨ ਭਾਈ ਮੋਹਕਮ ਸਿੰਘ, ਧੰਨ ਭਾਈ ਸਾਹਿਬ ਸਿੰਘ ਕੀ ਕਹਿੰਦੇ, ਕਹਿੰਦੇ ਕਲਗੀਆਂ ਵਾਲਿਆ ਸਾਡੇ ਵੱਡੇ ਭਰਾ ਨੂੰ ਖੁਸ਼ੀਆਂ ਦੇ ਵਰ ਵਰਦਾਨ ਬਖਸ਼। ਜੇ ਭਾਈ ਦਇਆ ਸਿੰਘ ਜੀ ਨਾ ਆਉਂਦੇ ਤੇ ਸਾਡੇ ਵਿੱਚੋਂ ਕਿੰਨੇ ਆਉਣਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੀ ਕਹਿੰਦੇ, ਤੁਸੀਂ ਪ੍ਰਸੰਨ ਹੋ? ਮਹਾਰਾਜ ਜੀ ਪ੍ਰਸੰਨ ਆ ਸੀ ਆਪਣੇ ਵੱਡੇ ਗੁਰਸਿੱਖ ਭਰਾ ਤੇ ਧੰਨ ਭਾਈ ਦਇਆ ਸਿੰਘ ਜੀ ਤੇ। ਲਓ ਭਾਈ ਜੇ ਤੁਸੀਂ ਪ੍ਰਸੰਨ ਹੋ ਤੇ ਮੈਂ ਕਹਿੰਦਾ ਹੁੰਦਾ ਵਾ ਖਾਲਸਾ ਮੇਰੋ ਸਤਿਗੁਰ ਪੂਰਾ। ਭਾਈ ਦਇਆ ਸਿੰਘ
तेरे नां दीआं संपर्दावां चलणगीआं। तेरी संपर्दावां दे विच ब्रह्म ज्ञान दी अवस्था विच खेडण वाले ब्रह्म ज्ञानी हाजर रहणगे। आखो सतनाम श्री वाहेगुरु। बोले सो निहाल सत श्री अकाल। जिन्हां दा पवित्र लक्षण सुखमनी साहब दी बाणी विच कहा है, ब्रह्म ज्ञानी आप निरंकार, ते कदी की किया है ब्रह्म ज्ञानी आप परमेश्वर। आप परमेश्वर है ब्रह्म ज्ञानी, ब्रह्म ज्ञानी 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 आप परमेश्वर है ब्रह्म ज्ञानी, ब्रह्म ज्ञानी आप परमेश्वर है ब्रह्म ज्ञानी, ब्रह्म ज्ञानी आप परमेश्वर है ब्रह्म ज्ञानी, ब्रह्म ज्ञानी परमेश्वर है ब्रह्म ज्ञानी, ब्रह्म ज्ञानी आप परमेश्वर है ब्रह्म ज्ञानी, ब्रह्म ज्ञानी आप परमेश्वर है ब्रह्म ज्ञानी, ब्रह्म ज्ञानी। धन गुरु गोबिंद सिंह साहब महाराज के वर वरदाना मुताबक भाई दया सिंह चाह तेनू वर वरदान बख्शे। दुनिया कहेगी दुनिया ते संत कोई नहीं, साध कोई नहीं, ब्रह्म ज्ञानी कोई नहीं, जग तारक श्री गुरु नानक दे घर ऐसी बख्शीसां रहणगियां। तेरियां संपर्दावां विच सदा ब्रह्म ज्ञानी हाजर रहा करने। बोले सो निहाल सत श्री अकाल। धन भाई दया सिंह जी की चलदी चलदी संपर्दा कदी महान महापुरख धन धन बाबा करम सिंह होती मरदान वाले उन्हां दीआं असीसां दे विच्चों ही साध संगत जी धन धन संत बाबा ज्वाला सिंह हरखोवाल वाले महापुरश, धन धन संत बाबा ज्वाला सिंह जी हरखोवाल वाले महापुरखां दीआं अरदासां दे विच्चों मेरे वर्गे अत दे गरीब श्री गुरु ग्रंथ साहिब महाराज की कृपा दे नाल गुरमत दी प्रचार दी सेवा विच हां। आखो सतनाम। ये मैं बेनती क्यों कीती है, कदी धन धन संत बाबा अतर सिंह मस्तुआने वाले महापुरख, धन धन संत बाबा ज्वाला सिंह हरखोवाल वाले महापुरख, होर अनगिणत महात्मा जिन्हां दे हिरदे विचों बाणी दी पंक्ति वसी रही, आए मिल गुर सिख आए मिल तू मेरे गुर के प्यारे। ख्याल करियो महापुरख कीर्तन दे धनी आ श्रीमान संत बाबा सरूप सिंह जी। ऐसी गुरु दी बख्शीश हुंदी है जदों कितें अपनी मौज विच लगदे कई कई घंटे पता ही नहीं लगता। आ जिन्ने तुसी स्टेज दे उत्ते गुरु घर दे सेवादार देख रहे हो, जिन्हां नूं चलो कोई साधु संत महापुरख कुछ प्यार दे लफ़्ज़ कह दवे परवान ने, संगत दी प्यार दे लफ़्ज़ परवान। जिहड़ा संगत नूं ढा ढा मारदा मैं आ नहीं मैं आ नहीं, एक ना एक दिन मिट्टी च रुल जांदा हुंदा। आखो सतनाम श्री वाहेगुरु। अपने मूंह तो कुछ कहना ना
ਸੰਗਤ ਦੇ ਪਿਆਰ ਨੂੰ ਕਬੂਲਣਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਮਹਾਂਪੁਰਖ ਚੰਡੀਗੜ੍ਹ ਵਾਲੇ ਸੰਤ ਬਾਬਾ ਸਰੂਪ ਸਿੰਘ ਜੀ ਕਦੀ ਰਸਨਾ ਤੋਂ ਨਹੀਂ ਕਿਹਾ ਕਿ ਮੈਂ ਮਹਾਂਪੁਰਖ ਹਾਂ। ਸੰਗਤ ਦਾ ਪਿਆਰ ਹੈ ਜੀ, ਸਾਡੀਆਂ ਨਜ਼ਰਾਂ ਵਿੱਚ ਤੁਸੀਂ ਸੰਤ, ਸਾਡੀਆਂ ਨਜ਼ਰਾਂ ਵਿੱਚ ਤੁਸੀਂ ਮਹਾਂਪੁਰਖ, ਸਾਡੀਆਂ ਨਜ਼ਰਾਂ ਵਿੱਚ ਤੁਸੀਂ ਬ੍ਰਹਮ ਗਿਆਨ ਦੀ ਅਵਸਥਾ 'ਚ ਖੇਡਣ ਵਾਲੀ ਹਸਤੀ ਹੋ, ਸਾਡੀਆਂ ਨਜ਼ਰਾਂ ਦੇ ਵਿੱਚ ਤੁਸੀਂ ਗੁਰਧਾਮ ਬਣਾਉਣ ਵਾਲੇ ਮਹਾਂਪੁਰਖ, ਸਾਡੀਆਂ ਨਜ਼ਰਾਂ ਵਿੱਚ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਪੰਥ ਸਾਹਿਬ ਦੇ ਅਣਥੱਕ ਸੇਵਾਦਾਰ ਹੋ, ਸਾਡੀਆਂ ਨਜ਼ਰਾਂ ਵਿੱਚ ਤੁਸੀਂ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਪੰਜ ਪਿਆਰੇ ਸਾਹਿਬਾਂ ਦੇ ਕੋਲੋਂ ਬਖਸ਼ਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਉਹ ਪਰਿਵਾਰ ਜਿਹੜੇ ਪਰਿਵਾਰਾਂ ਦਾ ਬੇੜਾ ਗਰਕ ਕਰ ਦਿੱਤਾ ਨਸ਼ਿਆਂ ਨੇ, ਤੁਸੀਂ ਉਹਨਾਂ ਦੇ ਘਰਾਂ ਵਿੱਚੋਂ ਨਸ਼ਿਆਂ ਵਰਗਾ ਕੋੜ ਕੱਢ ਕੇ ਗੁਰੂ ਨਾਨਕ ਦੀ ਸਿੱਖੀ ਦੀ ਦਾਤ ਬਖਸ਼ੀ। ਜੇ ਤੁਸੀਂ ਮਹਾਂਪੁਰਖ ਨਹੀਂ ਤੇ ਹੋਰ ਕੌਣ ਹੋ? ਸੰਗਤ ਦਾ ਪਿਆਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਜਿਨ੍ਹਾਂ ਦੇ ਕੋਲ ਮੇਰੇ ਗੁਰੂ ਨਾਨਕ ਦੀ ਸਿਫਤ, ਉਹਨਾਂ ਬਾਰੇ ਕਿਹਾ ਜਾਂਦਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ। ਆਓ ਬਹੁਤਾ ਕੁਛ ਨਾ ਕਹਾਂ, ਗੁਰੂ ਪੰਥ ਖਾਲਸੇ ਦੇ ਪ੍ਰਕਾਸ਼ ਪ੍ਰਗਟ ਦਿਹਾੜੇ ਦੀਆਂ ਲੱਖ 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 ਵਧਾਈਆਂ ਦਿੰਦੇ ਆ। ਇਹੀ ਸਿੱਧੇ ਜੀ ਪੰਗਤੀ ਪੜ ਕੇ ਦਾਸ ਖਿਮਾ ਮੰਗੇ। ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ। ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ ਜੀ। ਬੋਲ ਬਾਜਾਂ ਵਾਲੇ ਦੇ, ਇਹ ਬੋਲ ਕਲਗੀਆਂ ਵਾਲੇ ਦੇ, ਇਹ ਬੋਲ ਬਾਜਾਂ ਵਾਲੇ ਦੇ, ਬੋਲ ਬਾਜਾਂ ਵਾਲੇ ਦੇ, ਬੋਲ ਬਾਜਾਂ ਵਾਲੇ ਦੇ। ਆਖਾਲਸ ਮੇਰੋ ਰੂਪ ਹੈ ਖਾਸ, ਖਾਲਸ ਮੇਰੋ ਕਰੋ ਨਿਵਾਸ, ਆੜ ਕਯੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਅੰਤ ਚਲਾ ਤਬ ਜਗਤ ਮੈਂ ਰੱਬ ਤੁਮ ਕਰੋ, ਅੰਮ੍ਰਿਤ ਦੀ ਦਾਤ ਲਈ ਹੈ ਲੱਖ ਲੱਖ ਵਧਾਈਆਂ ਨੇ। ਅੰਮ੍ਰਿਤ ਦੀ ਬਖਸ਼ੀਸ਼ ਤੋਂ ਸੱਖਣੇ ਆ, ਅੰਮ੍ਰਿਤ ਧਾਰੀ ਹੋਈਏ, ਅੰਮ੍ਰਿਤਮਈ ਜੀਵਨ ਰੱਖੀਏ। ਆਪਣੀ ਬਾਂਹ ਧੰਨ ਗੁਰੂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੜਾ ਕੇ ਜੀਵਨ ਸਫਲ ਕਰੀਏ। ਦਾਸ ਇੰਨੀਆਂ ਹੀ ਬੇਨਤੀਆਂ ਕਰਦੇ ਹਾਂ, ਖਿਮਾ ਦਾ ਜਾਚਕ ਹਾਂ। ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੀ ਫੁਲਵਾੜੀ ਵੱਲੋਂ ਇਹ ਡਿਊਟੀ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਦਾਸ ਖਿਮਾ ਮੰਗਦਾ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ। ਮਹਾਂਪੁਰਸ਼ਾਂ ਵੱਲੋਂ, ਸਟੇਜ ਵੱਲੋਂ, ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਸ਼੍ਰੀਮਾਨ ਸੰਤ ਬਾਬਾ ਲਖਵੀਰ ਸਿੰਘ ਤਵਾੜਾ ਸਾਹਿਬ ਉਚੇਚੇ ਤੌਰ 'ਤੇ ਤਸ਼ਰੀਫ ਲੈ ਰਹੇ ਨੇ। ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ ਵਾਲੇ, ਸ਼੍ਰੀਮਾਨ ਸੰਤ ਬਾਬਾ ਅਵਤਾਰ ਸੰਪਰਦਾਇ ਦਲ ਪੰਥ ਬਾਬਾ ਵਿਧੀ ਚੰਦ ਜੀ ਉਚੇਚੇ ਤੌਰ 'ਤੇ ਮਹਾਂਪੁਰਸ਼ ਪਹੁੰਚੇ ਨੇ। ਜੀ ਆਇਆਂ ਨੂੰ ਧੰਨਵਾਦ। ਆਓ ਮਹਾਂਪੁਰਸ਼ਾਂ ਦੀ ਆਮਦ ਦੇ ਅੰਦਰ ਸਾਰੀ ਸੰਗਤ ਇੱਕ ਵਾਰ ਜਕਾਰੀ ਦੇ ਨਾਲ ਸਤਿਕਾਰ ਕਰੋ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਅਕਾਲ। ਆਓ ਬੜੀ ਨਿਮਰਤਾ ਦੇ ਨਾਲ ਮੈਂ ਬੇਨਤੀ ਕਰਾਂਗਾ ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸ਼ਹੀਦਾਂ ਸਾਹਿਬ ਵਾਲਿਆਂ ਨੂੰ ਕਿ ਉਹ ਤਕਰੀਬਨ 20 ਮਿੰਟ ਵਾਸਤੇ ਸੰਗਤਾਂ ਦਰਸ਼ਨ ਦਰ ਕਰਨ। ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ ਵਾਲੇ 20 ਮਿੰਟ ਵਾਸਤੇ ਗੁਰਮਤੀਆਂ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀਆਂ ਕਰਨ।